ਇਹ ਪਿੰਡ ਦਾ ਨਾਮ ਹੈ ਘਰਾਂਗਣਾ ਪਿੰਡ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਕਹਾਣੀ ਕੋਈ ਅੱਜ ਦੀ ਨਹੀਂ ਤਕਰੀਬਨ 200-300 ਸਾਲ ਪੁਰਾਣੀ ਕਹਾਣੀ ਹੈ ਵੀ ਕਿਸੇ ਵੀ ਗੇਟ ਨੂੰ ਟਾਕੀ ਨਹੀਂ ਲੱਗੀ ਹੋਈ ਸਾਰੇ ਗੇਟ ਨੇ ਜਿਹੜੇ ਪੂਰੇ ਖੁੱਲਦੇ ਨੇ ਜਾਂ ਫਿਰ ਜੇ ਟਾਕੀ ਹੈ ਤਾਂ ਉਹ ਅਗਲੇ ਦੀ ਅਲੱਗ ਰੱਖੀ ਹੋਈ ਹੈ ਉਹ ਟਾਕੀ ਦੇ ਵਿੱਚ ਦੀ ਉਹ ਵੱਜੀ ਹੋਈ ਸੀ ਗੋਲੀ ਬਾਬਾ ਜੀ ਦੇ ਅੱਛਾ ਉਦੋਂ ਜਦੋਂ ਬਾਬਾ ਜੀ ਸੁਰਗਵਾਸ ਹੋਣ ਲੱਗੇ ਨਾ ਜਦੋਂ ਅੰਤਮ ਮਤਲਬ ਕਿ ਸਾਹਾਂ ਤੇ ਸੀਗੇ ਉਦੋਂ ਉਹਨੇ ਮਾਤਾ ਜੀ ਨੂੰ ਕਹਿਤਾ ਸੀਗਾ ਵੀ ਆਪਣੇ ਪਿੰਡ 'ਚ ਕੋਈ ਟਾਕੀ ਇਹ ਰੱਖੂਗਾ ਨਹੀਂ ਸਹਿਜ ਪਾਠ ਦਾ ਭੋਗ ਵੀ ਪੈਂਦਾ ਕੱਤਕ ਦੀ ਦੂਜ ਨੂੰ ਇੱਥੇ ਅਖੰਡ ਪਾਠ ਪ੍ਰਕਾਸ਼ ਹੁੰਦੇ ਨੇ ਜਿਹੜੀ ਤੁਹਾਡੇ ਪਿੰਡ ਦੀ ਅੱਗੇ ਵੰਸ਼ਜ ਹੈ ਫਿਰ ਉਹ ਬਾਬਾ ਜਿਹੜੇ ਸ਼ਹੀਦ ਹੋਏ ਇਹਨਾਂ ਦੀ ਔਲਾਦ ਹੀ ਹੈ ਫਿਰ ਕਿਸੇ ਦਾ ਜੇ ਕਿਸੇ ਨੇ ਰੱਖਣ ਦੀ ਕੋਸ਼ਿਸ਼ ਵੀ ਕਰੀ ਹੈ ਟਾਕੀ ਨੂੰ ਹਾਂ ਉਹਦਾ ਨੁਕਸਾਨ ਹੁੰਦਾ ਜੀ ਕੋਈ ਬੰਦੇ ਦਾ ਹੋ ਜੇ ਪਸ਼ੂਆਂ ਦਾ ਹੋ ਜੇ ਅਤੇ ਉਹਨਾਂ ਚੱਕਰ ਉਹ ਜਦੋਂ ਉਹਨੂੰ ਕਿਤੇ ਜਾਂਦਾ ਬਾਹਰ ਅੰਦਰ ਲੋਕ ਦੱਸਦੇ ਸਿਆਣੇ ਵੀ ਅਸੀਂ ਉਹਦੀ ਟਾਕੀ ਰੱਖ ਸਕਦੇ ਅਤੇ ਤੁਹਾਡੇ ਪਿੰਡ ਦੇ ਵਿੱਚ ਜਦੋਂ ਕੋਈ ਲੋਕ ਬਾਹਰੇ ਜਾ ਕੇ ਰਹਿਣ ਲੱਗ ਜਾਂਦੇ ਨੇ ਫਿਰ ਉੱਥੇ ਰੱਖਦੇ ਨੇ ਕਿ ਉੱਥੇ ਵੀ ਨਹੀਂ ਨਾ ਉੱਥੇ ਵੀ ਨਹੀਂ ਰੱਖਦੇ ਜੀ ਉਹ ਬਸ ਇੱਥੇ ਆ ਕੇ ਸੁੱਖਾਂ ਚੀੜੀਆਂ ਦੇਖ ਜਾਂਦੇ ਨੇ ਲੋਹੜੀ ਵੇਲੇ ਅਤੇ ਉਦੋਂ ਬਾਬੇ ਦਾ ਅਖੰਡ ਪਾਠ ਕਰਾਉਂਦੇ ਨੇ ਪੱਗਾਂ ਲੋਕ ਚੜ੍ਹਾ ਕੇ ਜਾਂਦੇ ਨੇ ਸਾਰਾ ਪ੍ਰੋਗਰਾਮ ਸੈੱਟ ਹੁੰਦਾ 3 ਦਿਨ ਅਖੰਡ ਪਾਠ ਚੱਲਦਾ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਅਲੱਗ ਟਾਕੀ ਤਾਂ ਰੱਖ ਲਈ ਪਰ ਗੇਟ ਦੇ ਵਿੱਚ ਇੱਕ ਆਪਾਂ ਟਾਕੀ ਰੱਖਦੇ ਹਾਂ ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਹੈਗਾ ਸ਼ਹਿਰਾਂ ਦੇ ਵਿੱਚ ਵੀ ਹੁੰਦਾ ਕਿ ਗੇਟ ਦੇ ਵਿੱਚ ਇੱਕ ਛੋਟੀ ਟਾਕੀ ਰੱਖ ਲੈਂਦੇ ਹਾਂ ਤਾਂ ਇਹ ਪਿੰਡ ਹੈ ਜਿਹੜਾ ਕੋਈ ਵੀ ਛੋਟੀ ਟਾਕੀ ਨਹੀਂ ਰੱਖਦਾ ਤਾਂ ਇਹਦੇ ਪਿੱਛੇ ਦੀ ਇੱਕ ਕਹਾਣੀ ਹੈ ਇੱਕ ਰਾਜ ਹੈ ਇੱਕ ਪਿੰਡ ਦਾ ਇਤਿਹਾਸ ਹੈ ਜਿਹਦੇ ਕਰਕੇ ਲੋਕ ਨੇ ਜਿਹੜੇ ਇਹ ਟਾਕੀ ਨਹੀਂ ਰੱਖਦੇ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਆਖਿਰ ਇਹ ਟਾਕੀ ਹੈ ਜਿਹੜੀ ਉਹ ਕਿਉਂ ਨਹੀਂ ਰੱਖੀ ਜਾਂਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜਿਓ ਗੱਲ ਪੰਜਾਬ ਦੀ ਨਾਲ ਅਤੇ ਮੈਂ ਜਗਦੀਪ ਸਿੰਘ ਜੇ ਪੰਜਾਬ ਨੂੰ ਜਾਣਿਆ ਜਾਂਦਾ ਤਾਂ ਪਿੰਡਾਂ ਤੋਂ ਜਾਣਿਆ ਜਾਂਦਾ ਅਤੇ ਪਿੰਡਾਂ ਦੇ ਅਲੱਗ ਅਲੱਗ ਇਤਿਹਾਸ ਹੁੰਦੇ ਨੇ ਅਲੱਗ ਅਲੱਗ ਮਾਨਤਾਵਾਂ ਹੁੰਦੀਆਂ ਨੇ ਬੇਸ਼ੱਕ ਅੱਜ ਦੇ ਸਮੇਂ ਵਿੱਚ ਉਹਨਾਂ ਮਾਨਤਾਵਾਂ ਦਾ ਕੋਈ ਅਸਰ ਹੋਵੇ ਨਾ ਹੋਵੇ ਪਰ ਲੋਕ ਨੇ ਜਿਹੜੀਆਂ ਆਪਣੀਆਂ ਉਹ ਪਿਛਲੀਆਂ ਇਤਿਹਾਸਿਕ ਮਾਨਤਾਵਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰਦੇ ਨੇ ਕਈ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂਗੇ ਕਿ ਲੋਕ ਘਰਾਂ ਦੇ ਉੱਪਰ ਚਵਾਰਾ ਨਹੀਂ ਪਾਉਂਦੇ ਚਵਾਰਾ ਪਾਉਣ ਨੂੰ ਅਪਸ਼ਗਨ ਮੰਨਿਆ ਜਾਂਦਾ ਹੈਗਾ ਜਾਂ ਕਿਹਾ ਜਾਂਦਾ ਕਿ ਉਹ ਘਰ ਦਾ ਵਾਧਾ ਨਹੀਂ ਹੋਵੇਗਾ ਉਸ ਦੇ ਪਿੱਛੇ ਵੀ ਪਿੰਡ ਦੀ ਇੱਕ ਇਤਿਹਾਸਕ ਕਹਿ ਲਈਏ ਇਤਿਹਾਸਕ ਕਹਿ ਲਈਏ ਗੱਲ ਜੁੜੀ ਹੁੰਦੀ ਹੈ ਉਸੇ ਤਰ੍ਹਾਂ ਹੀ ਜਿਹੜੇ ਪਿੰਡ ਦੇ ਵਿੱਚ ਅੱਜ ਅਸੀਂ ਖੜੇ ਹਾਂ ਇਹ ਪਿੰਡ ਦੇ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਗੇਟ ਨੂੰ ਟਾਕੀ ਨਹੀਂ ਰੱਖਦੇ ਟਾਕੀ ਤੋਂ ਮਤਲਬ ਜਿਵੇਂ ਆਪਾਂ ਘਰਾਂ ਦਾ ਘਰ ਦਾ ਗੇਟ ਬਣਾਉਂਦੇ ਹਾਂ ਗੇਟ ਦੇ ਵਿੱਚ ਇੱਕ ਛੋਟੀ ਟਾਕੀ ਰੱਖ ਲੈਂਦੇ ਹਾਂ ਜਿਹਦੇ ਵਿੱਚ ਦੀ ਸਾਨੂੰ ਲੰਘਣਾ ਵੜਨਾ ਆਸਾਨ ਰਹੇ ਵੀ ਪੂਰਾ ਗੇਟ ਨਾ ਖੋਲ੍ਹਣਾ ਪਵੇ ਪਰ ਇਹ ਪਿੰਡ ਦੇ ਲੋਕ ਨੇ ਜਿਹੜੇ ਪੂਰੇ ਦਾ ਪੂਰਾ ਗੇਟ ਹੀ ਰੱਖਦੇ ਨੇ ਉਹਦੇ ਵਿੱਚ ਟਾਕੀ ਨਹੀਂ ਰੱਖਦੇ ਉਹ ਟਾਕੀ ਕੋਈ ਇਹ ਗੱਲ ਕਰਕੇ ਨਹੀਂ ਰੱਖਦੇ ਹੈਗੇ ਵੀ ਉਹਦੇ 'ਤੇ ਖਰਚਾ ਆਊਗਾ ਜਾਂ ਫਿਰ ਕੋਈ ਹੋਰ ਕਾਰਨ ਆ ਉਹਦੇ ਪਿੱਛੇ ਦੀ ਇੱਕ ਕਹਾਣੀ ਹੈ ਵੀ ਉਹ ਟਾਕੀ ਕਿਉਂ ਨਹੀਂ ਰੱਖਦੇ ਇਹ ਕਹਾਣੀ ਕੋਈ ਅੱਜ ਦੀ ਨਹੀਂ ਤਕਰੀਬਨ 200-300 ਸਾਲ ਪੁਰਾਣੀ ਕਹਾਣੀ ਹੈ ਤੁਹਾਨੂੰ ਦੱਸ ਦਈਏ ਕਿ ਲੋਕਾਂ ਦੇ ਘਰਾਂ ਦੇ ਵਿੱਚ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਗੇਟ ਦੇ ਵਿੱਚ ਟਾਕੀ ਨਹੀਂ ਰੱਖੀ ਜਾਂਦੀ ਜੇ ਕਿਸੇ ਨੇ ਰੱਖਣੀ ਹੈ ਉਹ ਆਪਣੀ ਅਲੱਗ ਛੋਟੀ ਟਾਕੀ ਰੱਖ ਸਕਦਾ ਪਰ ਗੇਟ ਦੇ ਵਿੱਚ ਛੋਟੀ ਟਾਕੀ ਨਹੀਂ ਰੱਖਦਾ ਹੈਗਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਕੈਮਰੇ ਦੇ ਮੂਹਰੇ ਤੁਹਾਡੇ ਸਾਹਮਣੇ ਸ਼ਾਰਟ ਵੀ ਚੱਲ ਰਹੇ ਹੋਣਗੇ ਅਤੇ ਜਿੱਥੇ ਅਸੀਂ ਖੜ੍ਹੇ ਹਾਂ ਇਹ ਜਗ੍ਹਾ 'ਤੇ ਉੱਪਰ ਵੀ ਤਕਰੀਬਨ 6-7 ਗੇਟ ਨੇ ਸਾਰਾ ਪਿੰਡ ਅਸੀਂ ਘੁੰਮ ਕੇ ਦੇਖ ਲਿਆ ਕਿਸੇ ਦੇ ਘਰ ਦੇ ਵਿੱਚ ਟਾਕੀ ਨਹੀਂ ਰੱਖੀਗੀ ਤੁਹਾਨੂੰ ਦੱਸ ਦਈਏ ਕਿ ਇਹ ਪਿੰਡ ਦਾ ਨਾਮ ਹੈ ਘਰਾਂਗਣਾ ਪਿੰਡ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਘਰਾਂਗਣਾ ਪੈਂਦਾ ਇੱਥੋਂ ਦੇ ਲੋਕ ਨੇ ਜਿਹੜੇ ਆਪਣੇ ਚਾਹੇ ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਪਰ ਆਪਣੇ ਘਰ ਦੇ ਦਰਵਾਜ਼ੇ ਦੇ ਵਿੱਚ ਇੱਕ ਛੋਟੀ ਟਾਕੀ ਨਹੀਂ ਰੱਖਦਾ ਕਿਉਂ ਨਹੀਂ ਰੱਖਦਾ ਸਾਰੀ ਗੱਲਬਾਤ ਪਿੰਡ ਦੇ ਬਜ਼ੁਰਗਾਂ ਤੋਂ ਆਪਾਂ ਜਾਣ ਦੇਵਾਂਗੇ ਵੀ ਆਖਰ ਉਹ ਕਿਹੜੀ ਕਹਾਣੀ ਹੈ ਜਿਹਦੇ ਕਰਕੇ ਲੋਕ ਟਾਕੀ ਨਹੀਂ ਰੱਖਦੇ ਹੈਗੇ ਆ ਜੋ ਲੈ ਚੱਲਦੇ ਤੁਹਾਨੂੰ ਪਿੰਡ ਦੇ ਉਹਨਾਂ ਬਜ਼ੁਰਗਾਂ ਤੋਂ ਅਤੇ ਜਾਣਦੇ ਹਾਂ ਸਾਰੀ ਉਹ ਇਤਿਹਾਸਿਕ ਜਾਣਕਾਰੀ ਪਿੰਡ ਦੇ ਬਜ਼ੁਰਗਾਂ ਤੋਂ ਜਾਣਦੇ ਵੀ ਆਖਰ ਉਹ ਕਿਹੜੀ ਗੱਲ ਹੈ ਜਿਹਦੇ ਕਰਕੇ ਘਰਾਂ ਦੇ ਗੇਟਾਂ ਨੂੰ ਟਾਕੀ ਹੈ ਜਿਹੜੀ ਉਹ ਨਹੀਂ ਰੱਖੀ ਜਾਂਦੀ ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਬਹੁਤ ਸਾਰੇ ਪਿੰਡ ਨੇ ਘਰਾਂ ਦੇ ਵਿੱਚ ਟਾਕੀ ਇੱਕ ਛੋਟੀ ਟਾਕੀ ਰੱਖਣੀ ਆਮ ਗੱਲ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਆਖਰ ਨੂੰ ਇਹ ਪਿੰਡ ਦੇ ਵਿੱਚ ਇਹੋ ਜਿਹਾ ਕੀ ਹੋਇਆ ਜਿਹਦੇ ਕਰਕੇ ਲੋਕ ਨੇ ਜਿਹੜੇ ਉਹ ਟਾਕੀ ਨਹੀਂ ਰੱਖਦੇ ਸਾਡੇ ਨਾਲ ਪਿੰਡ ਦੇ ਬਜ਼ੁਰਗ ਮੌਜੂਦ ਨੇ ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ ਵੀ ਆਖਰ ਕਿਹੜੀ ਉਹ ਗੱਲ ਹੈ ਜਿਹਦੇ ਕਰਕੇ ਟਾਕੀਆਂ ਨੇ ਜਿਹੜੀਆਂ ਘਰਾਂ ਨੂੰ ਨਹੀਂ ਰੱਖੀਆਂ ਜਾਂਦੀਆਂ ਜਾਂ ਜੇ ਕਿਸੇ ਨੇ ਰੱਖੀ ਸੀ ਤਾਂ ਉਹਦੇ ਨਾਲ ਫਿਰ ਇਹੋ ਜਿਹਾ ਕੀ ਹੋਇਆ ਸਾਰੀ ਗੱਲਬਾਤ ਕਰਦੇ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ
ਜਿਵੇਂ ਅਸੀਂ ਤੁਹਾਡੇ ਪਿੰਡ ਦੇ ਵਿੱਚ ਦੇਖਿਆ ਗਾ ਵੀ ਕਿਸੇ ਵੀ ਗੇਟ ਨੂੰ ਟਾਕੀ ਨਹੀਂ ਲੱਗੀ ਹੋਈ, ਸਾਰੇ ਗੇਟ ਨੇ ਜਿਹੜੇ ਪੂਰੀ ਖੁੱਲਦੇ ਨੇ, ਜਾਂ ਫਿਰ ਜੇ ਟਾਕੀ ਹੈ ਤਾਂ ਉਹ ਅਗਲੇ ਦੀ ਅਲੱਗ ਰੱਖੀ ਹੋਈ ਹੈ। ਕੀ ਕਾਰਨ ਹੈਗਾ, ਇਹ ਗੱਲ ਕਿਉਂ ਆਏਗੀ? ਇਹ ਜੀ ਪਹਿਲਾਂ ਜਦੋਂ ਮੁਸਲਮਾਨਾਂ ਦੇ ਕਟਕ ਪੈਂਦੇ ਹੁੰਦੇ ਉਦੋਂ ਬਾਬਾ ਸ਼ਹੀਦ ਟਾਕੀ ਥਣੀ ਮੁਕਾਬਲਾ ਹੋ ਗਿਆ ਮੁਸਲਮਾਨਾਂ ਨਾਲ, ਉਦੋਂ ਬਾਬਾ ਸ਼ਹੀਦ ਗੋਲੀ ਵੱਜੀ। ਤੜਕੇ ਦਾ ਟਾਈਮ ਸੀ, ਜਦੋਂ 3 ਵਜੇ ਗੋਲੀ ਵੱਜੀ, ਬਾਬਾ ਸ਼ਹੀਦ ਮਰਦਾ ਹੋਇਆ ਇਹ ਕਹਿ ਗਿਆ ਵੀ ਗੋਲੀ ਬੰਦ ਨਾ ਕਰੋ। ਮੁਸਲਮਾਨ ਕਹਿੰਦਾ ਵੀ ਮੈਂ ਗੋਲੀ ਮਾਰੀ ਹੈ। ਜਦੋਂ ਦਿਨ ਚੜ੍ਹਿਆ ਮੁਸਲਮਾਨਾਂ ਨੇ ਲੂਣ ਪਾਣੀ ਖਾ ਕੇ, ਫਿਰ ਬਾਬੇ ਦੇ ਘਰਾਣੀ ਨੇ ਦੱਸਿਆ ਵੀ ਜੀ ਸ਼ਹੀਦ ਦਾ ਬਾਬਾ ਸੀ ਤਾਂ ਉਦੀ ਸ਼ਹੀਦ ਹੋ ਗਿਆ ਸੀ। ਫਿਰ ਉਹਨਾਂ ਨੇ ਲੂਣ ਪਾਣੀ ਖਾ ਕੇ ਹਰਾਮ ਕਰ, ਮੁਸਲਮਾਨ ਹਰਾਮ ਨਹੀਂ ਕਰਦਾ ਸੀ। ਉਦੋਂ ਬਾਅਦ ਇਸ ਘਰਾਂਗਣਾ ਪਿੰਡ 'ਤੇ ਮੁਸਲਮਾਨਾਂ ਦਾ ਕਟਕ ਪਏ ਹੀ ਨਹੀਂ ਕਦੇ। ਤੁਸੀਂ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਦੱਸੋ ਵੀ ਸ਼ੁਰੂ ਦੇ ਵਿੱਚ ਗੱਲ ਕੀ ਹੋਈ ਸੀ, ਕਿਹੜਾ ਉਹ ਬਾਬਾ ਸੀਗਾ ਜਿਹੜਾ ਸ਼ਹੀਦ ਹੋਇਆ ਸੀਗਾ, ਅਤੇ ਸਾਰੀ ਗੱਲ ਸਾਨੂੰ ਸਰੋਤਿਆਂ ਨੂੰ ਵਿਸਥਾਰ ਦੇ ਨਾਲ ਦੱਸੋ। ਪਿੰਡ 'ਚ ਉਹ ਹੈ ਜੀ, ਸਾਡਾ ਪਿੰਡ ਜਦੋਂ ਬੰਝੇ ਆ ਪਹਿਲਾਂ ਉਹ ਬਾਬਾ ਜੀ ਨੇ ਵਰਜੇ ਤੇ। ਕੀ ਨਾਮ ਸੀ ਉਹ ਬਾਬਾ ਜੀ ਦਾ? ਸੌਦਾ ਸਾਗਰ ਸਿੰਘ। ਸਾਗਰ ਸਿੰਘ, ਹਾਂਜੀ ਹਾਂਜੀ। ਸਾਗਰ ਸਿੰਘ ਜੀ ਨੇ ਤੁਹਾਡੇ ਪਿੰਡ ਦੀ ਮੋੜੀ ਗੱਡੀ, ਮੋੜੀ ਗੱਡੀ ਸੀ ਹਾਂ, ਪਹਿਲਾਂ ਸਾਹਮਣੇ ਆ ਕੇ ਪਿੰਡ ਬੰਨਿਆ ਸੀ ਸਾਡਾ। ਅੱਛਾ ਅੱਛਾ। ਹਾਂ, ਉਹ ਪਿੰਡ ਉੱਥੋਂ ਬੰਨਦਿਆ ਜਦੋਂ ਫਿਰ ਉਦੋਂ ਬਾਹਰੋਂ ਆਉਂਦੇ ਬਸਣ ਲਾਉਂਦੇ ਪਿੰਡ ਜਾੜ ਦੇ, ਧਾੜ ਵੀ ਧਾੜ ਵੀ ਹੁੰਦੇ ਧਾੜ, ਹਾਂਜੀ ਉਹ ਜਦੋਂ ਜਾੜ ਦੇ ਫਿਰ ਉਹਦੇ ਕਰਕੇ ਉਹ ਆ ਕੇ ਉਹਨਾਂ ਨੇ ਘੇਰਾ ਪਾ ਕੇ ਤੇ ਉਹਨਾਂ ਤੇ ਗੋਲੀ ਚਲਾਉਣੀ ਸ਼ੁਰੂ ਕਰਤੀ। ਯਾਨੀ ਇੱਕ ਰਾਤ ਇੱਕ ਸਮੇਂ ਬਾਹਰਲੇ ਧਾੜਵੇਂ ਨੇ ਹਮਲਾ ਬੋਲਤਾ ਪਿੰਡ? ਹਾਂਜੀ ਹਾਂਜੀ, ਬਾਹਰੋਂ ਹਮਲਾ ਕਰਤਾ ਉਹਨਾਂ ਦੇ ਵੀ, ਇਹਨਾਂ ਨੂੰ ਮਾਰ ਕੇ ਜਾੜ ਦਿਆਂਗੇ। ਜੀ ਜੀ ਜੀ। ਹਾਂ, ਬਸ ਉਹ ਜਦੋਂ ਉਹਨਾਂ ਦਾ ਮੁਕਾਬਲਾ ਹੋ ਹੀ ਗਿਆ ਤੇ ਉੱਪਰ ਬਾਬਾ ਜੀ ਦੇ ਗੋਲੀ ਵੱਜੀ, ਉਹ ਸ਼ਹੀਦ ਹੋ ਗਏ। ਉਹਨੇ ਕਹਿਤਾ ਆਪਦੇ ਘਰ ਵਾਲੀ ਨੂੰ ਵੀ ਤੁਸੀਂ ਗੋਲੀ ਨਾ ਬੰਦ ਕਰਿਓ। ਟਾਕੀ ਦੇ ਵਿੱਚ ਦੀ ਉਹ ਵੱਜੀ ਹੋਈ ਸੀ ਗੋਲੀ ਬਾਬਾ ਜੀ ਦੇ। ਅੱਛਾ। ਉਦੋਂ ਜਦੋਂ ਬਾਬਾ ਜੀ ਸੁਰਗਵਾਸ ਹੋਣ ਲੱਗੇ ਨਾ, ਜਦੋਂ ਅੰਤਮ ਮਤਲਬ ਕਿ ਸਾਹਾਂ 'ਤੇ ਸੀਗੇ, ਉਦੋਂ ਉਹਨੇ ਮਾਤਾ ਜੀ ਨੂੰ ਕਹਿਤਾ ਸੀਗਾ ਵੀ ਆਪਣੇ ਪਿੰਡ 'ਚ ਕੋਈ ਤਾਕੀ ਰੱਖੂਗਾ ਨਹੀਂ, ਮੇਰੀ ਲਾਦੂ ਵੀ ਤਾਕੀ ਨਾ ਰੱਖੇ। ਹਾਂ, ਕੋਈ ਵੀ ਮਤਲਬ ਉਹ ਕਹਿ ਕੇ ਮਰੇ ਵੀ ਜਿਹੜੀ ਮੇਰੀ ਲਾਦੂ ਤਾਕੀ ਨਾ ਰੱਖੇ, ਵੀ ਜਦੋਂ ਉਹਨੂੰ ਸੰਖਿਆ ਹੋ ਗਈ ਬਸ ਉਦੋਂ ਬਾਅਦ ਟਾਕੀ ਨਹੀਂ, ਉਦੋਂ ਬਾਅਦ ਟਾਕੀ ਰੱਖਣੀ ਮਿਲੀ ਨਹੀਂ ਮੈਨੂੰ। ਕਿਸੇ ਘਰ ਨੇ ਟਾਕੀ ਰੱਖਣ ਦੀ ਕੋਸ਼ਿਸ਼ ਵੀ ਕਰੀ? ਕਰੀ ਇੱਕ ਦੋ ਚਾਰ ਘਰ ਕਰੀ, ਉਹਨਾਂ ਨੂੰ ਤਕਲੀਫ ਪਹੁੰਚੀ, ਉਹਨਾਂ ਨੇ ਬੰਦ ਕਰਤੀ, ਮੁੜ ਕੇ ਹੁਣ ਕੋਈ ਟਾਕੀ ਨਹੀਂ ਪੈਣੀ। ਫਿਰ ਕਿਸੇ ਦਾ ਜੇ ਕਿਸੇ ਨੇ ਰੱਖਣ ਦੀ ਕੋਸ਼ਿਸ਼ ਵੀ ਕਰੀ ਹੈ ਟਾਕੀ ਨੂੰ? ਹਾਂ, ਉਹਦਾ ਨੁਕਸਾਨ ਹੁੰਦਾ ਜੀ, ਕੋਈ ਬੰਦੇ ਦਾ ਹੋ ਜੇ, ਪਸ਼ੂਆਂ ਦਾ ਹੋ ਜੇ, ਅਤੇ ਉਹਨਾਂ ਚੱਕਰ ਉਹ ਜਦੋਂ ਉਹਨੂੰ ਕਿਤੇ ਜਾਂਦਾ ਬਾਹਰ ਅੰਦਰ, ਲੋਕ ਦੱਸਦੇ ਸਿਆਣੇ ਵੀ ਇਸ ਵੇਲੇ ਤੁਸੀਂ ਤਾਕੀ ਰੱਖ ਸਕਦੇ, ਉਹ ਤਾਕੀ ਨਹੀਂ ਰੱਖਦੇ। ਅੱਛਾ, ਜਿਹੜੇ ਪੜਕੋਤੇ ਨੇ ਚਹਿਲ ਜਾਂ ਹੋਰ ਸਰਾਂ, ਉਹਨਾਂ ਨੇ ਵੀ ਬੰਦ ਕਰਤੀਆਂ ਇਹ ਚੀਜ਼ ਰੱਖਣੋਂ ਹਟ ਕੇ। ਅਤੇ ਤੁਹਾਡੇ ਪਿੰਡ ਦੇ ਵਿੱਚ ਜਦੋਂ ਕੋਈ ਲੋਕ ਬਾਹਰੇ ਜਾ ਕੇ ਰਹਿਣ ਲੱਗ ਜਾਂਦੇ ਨੇ, ਫਿਰ ਉੱਥੇ ਰੱਖਦੇ ਨੇ ਕਿ ਉੱਥੇ ਵੀ ਨਹੀਂ? ਨਾ, ਉੱਥੇ ਵੀ ਨਹੀਂ ਰੱਖਦੇ ਜੀ ਉਹ, ਬਸ ਇੱਥੇ ਆ ਕੇ ਸੁੱਖਾਂ ਚੀੜੀਆਂ ਦੇਖ ਜਾਂਦੇ ਨੇ ਲੋਹੜੀ ਵੇਲੇ, ਅਤੇ ਉਦੋਂ ਬਾਬੇ ਦਾ ਅਖੰਡ ਪਾਠ ਕਰਾਉਂਦੇ ਨੇ, ਪੱਗਾਂ ਲੋਕ ਚੜ੍ਹਾ ਕੇ ਜਾਂਦੇ ਨੇ, ਸਾਰਾ ਪ੍ਰੋਗਰਾਮ ਸੈੱਟ ਹੁੰਦਾ, 3 ਦਿਨ ਅਖੰਡ ਪਾਠ ਚੱਲਦਾ ਅਤੇ ਬਹੁਤ ਵਧੀਆ ਪ੍ਰੋਗਰਾਮ ਚੱਲਦਾ। ਜਾਣੇ ਉਹਨਾਂ ਨੂੰ ਕਹਿਣ ਲੱਗ ਗਏ ਲੋਕ ਵੀ ਤੁਹਾਡੇ ਔਲਾਦ ਹੀ ਫੇਰ ਹੋਊ ਜੇ ਟਾਕੀ ਬੰਦ ਕਰੋਗੇ, ਅਸਲ 'ਚ ਤਾਂ ਇਹ ਹੋਈ ਗੱਲ। ਫਿਰ ਉਹ ਟਾਕੀ ਬੰਦ ਕਰਾਤੀ ਉਹਨਾਂ ਨੇ, ਉਦੋਂ ਬਾਅਦ ਔਲਾਦ ਹੋ ਗਈ। ਜਾਣੀ ਇਹ ਜਦੋਂ ਅਸੀਂ ਫੋਟੋ ਦੇ ਉੱਪਰ ਲਿਖਿਆ ਦੇਖਿਆ ਤਾਂ ਇਹ ਬਾਬਾ ਜਿਹੜੇ ਸ਼ਹੀਦ ਹੋਏ ਸੀ 1833 ਈਸਵੀ ਦੇ ਵਿੱਚ ਸ਼ਹੀਦ ਹੋ ਗਏ? ਹਾਂਜੀ ਹਾਂਜੀ ਹਾਂਜੀ, ਉਦੋਂ ਹੋਏ ਨੇ ਉਹਨਾਂ ਗੱਲ 1833 ਈਸਵੀ ਤੇ ਦੂਜ ਵਾਲੇ ਦਿਨ, ਦੂਜ ਵਾਲੇ ਦਿਨ ਸੁੱਖਾਂ ਰਹਿੰਦੀਆਂ ਨੇ, ਸੁੱਖਾਂ ਰਹਿੰਦੀਆਂ, ਆਏ ਦੂਜ ਨੂੰ ਸਹਿਜ ਪਾਠ ਦਾ ਭੋਗ ਵੀ ਪੈਂਦਾ ਹੈ, ਕੱਤਕ ਦੀ ਦੂਜ ਨੂੰ ਇੱਥੇ ਅਖੰਡ ਪਾਠ ਪ੍ਰਕਾਸ਼ ਹੁੰਦੇ ਨੇ, ਅਤੇ ਮਤਲਬ ਕਿ ਵੀ ਆਏ ਮਹੀਨੇ ਦੀ ਦੂਜ ਨੂੰ ਤਾਂ ਮਤਲਬ ਕਿ ਹੋਣੀ ਹੋਣਾ, ਇਕੱਠ ਸਾਰਾ ਪਿੰਡ ਹੀ ਆਉਂਦਾ ਮਤਲਬ ਕਿ। ਅਤੇ ਜਦੋਂ ਲੋਹੜੀ ਵਾਲੇ ਦਿਨ, ਸੰਗਰਾਂਦ ਵਾਲੇ ਦਿਨ, ਕੋਈ ਵੀ ਸਾਡੇ ਪਿੰਡ ਦਾ ਕਿਤੇ ਵੀ ਬਚਦਾ ਕਿਤੇ ਵੀ, ਉਹ ਦੇਸੀ ਘਿਓ ਦੀ ਦੇਗ ਕਰਕੇ ਇੱਥੇ ਆਉਣੀ ਆਉਣਾ, ਹਰ ਹਾਲਤ 'ਚ ਆਉਣੀ ਆਉਂਦੇ, ਕਈ ਕਿਤੇ ਵੀ ਰਹਿੰਦੇ ਸਾਰਾ ਪਰਿਵਾਰ ਮਤਲਬ ਕਿ ਆਉਂਦਾ ਹੀ ਆਉਂਦਾ ਇੱਥੇ ਦੂਜ। ਜਿਹੜੀ ਤੁਹਾਡੇ ਪਿੰਡ ਦੀ ਅੱਗੇ ਵੰਸ਼ਜ ਹੈ, ਫਿਰ ਉਹ ਬਾਬਾ ਜਿਹੜੇ ਸ਼ਹੀਦ ਹੋਏ ਇਹਨਾਂ ਦੀ ਔਲਾਦ ਹੀ ਹੈ? ਹਾਂਜੀ ਹਾਂਜੀ, ਸਿੱਧੂ ਬਰਾੜ ਨੇ ਸਿੱਧੂਆਂ ਦੀ ਔਲਾਦ। ਅੱਛਾ, ਇਹ ਬਾਬਾ ਜੀ ਦੋ ਭਾਈ ਸੀ? ਦੋ ਭਾਈ ਸੀ, ਸੂਰਤ ਸਿੰਘ ਤੇ ਸਾਗਰ ਸਿੰਘ, ਵੱਡੇ ਨੰਗਲ ਆਏ ਸੀ ਪਹਿਲਾਂ ਅਮਰਾਜ ਤੋਂ, ਵੱਡੇ ਨੰਗਲ ਪਿੰਡ ਵੱਜਿਆ ਸੀ ਇਹਨਾਂ ਨੇ, ਉਦੋਂ ਬਾਅਦ ਫਿਰ ਅੱਡੋ ਅੱਡੀ ਜਿਵੇਂ ਡੇਲੂ ਆਉਣਾ, ਵੱਡਾ ਨੰਗਲ ਛੋਟਾ ਨੰਗਲ ਦੇ ਘਰਾਂਗਣਾ ਇਹ ਵੰਡੇ ਗਏ, ਜਾਇਦਾਦ ਦੇ ਹਿਸਾਬ ਨਾਲ ਵੰਡੇ, ਦੂਰ ਕਰਨਾ ਕਰਕੇ ਪਿੰਡ ਵੱਜਦਾ, ਕਿਉਂ ਦੂਰ, ਖੇਤ ਦੂਰ ਸੀ, ਬਾਹੀ ਐਡੀ ਦੂਰ ਕਰਨੀ ਔਖੀ ਸੀ, ਫਿਰ ਇੱਥੇ ਪਿੰਡ ਹੀ ਬਣ ਲਿਆ ਸੀ ਉਹਨਾਂ ਨੇ। ਬਾਬਾ ਸੂਰਤ ਸਿੰਘ ਇੱਥੇ ਹੀ ਰਹੇ ਸੀ? ਸਾਗਰ ਸਿੰਘ ਤਾਂ ਰਿਹਾ, ਸੂਰਤ ਸਿੰਘ ਵੀ ਰਹੇ, ਸੂਰਤ ਸਿੰਘ ਵੀ ਰਿਹਾ,
ਬਜ਼ੁਰਗਾਂ ਤੋਂ ਸੁਣੀਆਂ ਪਤਾ ਇਹ ਗੱਲਾਂ ਜਿਹੜੀਆਂ ਫਿਰ ਹਾਂਜੀ ਉਹੀ ਪਾਣੀ। ਸੋ ਦੋਸਤੋ ਬਾਬਾ ਜੀ ਨੇ ਦੱਸੀਆਂ ਪਿੰਡ ਦੇ ਬਜ਼ੁਰਗਾਂ ਨੇ ਦੱਸੀਆਂ ਕਿ ਆਖਰ ਕਿਹੜਾ ਉਹ ਰਾਜ ਹੈ, ਕੀ ਉਹ ਇਤਿਹਾਸ ਆ ਜਿਹਦੇ ਕਰਕੇ ਪਿੰਡ ਦੇ ਲੋਕ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਤਾਕੀ ਆ ਜਿਹੜੀ ਗੇਟ ਨੂੰ ਨਹੀਂ ਰੱਖਦੇ। ਅਲੱਗ ਅਲੱਗ ਪਿੰਡਾਂ ਦੀਆਂ ਅਲੱਗ ਅਲੱਗ ਮਾਨਤਾਵਾਂ ਹੁੰਦੀਆਂ ਨੇ। ਸੋ ਇਸ ਪਿੰਡ ਦਾ ਇਹ ਮੰਨਤਾ ਹੈਗੀ ਕਿ ਉਹ ਜਿਹੜੇ ਬਾਬਾ ਜੀ ਸੀ ਉਹਨਾਂ ਦੇ ਟਾਕੀ ਦੇ ਵਿੱਚ ਦੀ ਗੋਲੀ ਲੱਗਣ ਦੇ ਕਾਰਨ ਉਹ ਸ਼ਹੀਦ ਹੋ ਗਏ ਸੀਗੇ, ਅਤੇ ਉਸ ਤੋਂ ਬਾਅਦ ਪਿੰਡ ਨੇ ਜਿਹੜੀ ਤਾਕੀ ਰੱਖਣੀ ਆ ਉਹ ਬੰਦ ਕਰ ਦਿੱਤੀ ਸੀ। ਤੁਹਾਨੂੰ ਕਿਹੋ ਜਿਹੀ ਲੱਗੀ ਜਾਣਕਾਰੀ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ।